ਮਿੱਟੀ ਪਾਈ ਦੀ ਤੇ ਜਿੰਨੀ ਪਾਉਣੀ ਪਰ ਸਾਡੀ ਸੰਗਤ ਦੇ ਤਾਂ ਨਾ ਪਾਓ ਇਹ ਅੱਜ ਕੱਲ੍ਹ ਵਿਆਹ ਸ਼ਾਦੀਆਂ ਚ ਵੀ ਨਹੀਂ ਹੁੰਦਾ।
ਹਰ ਬੰਦੇ ਦਾ ਪ੍ਰੋਫੈਸ਼ਨ ਹੈ, ਤੁਹਾਡੀ ਰੋਟੀ ਰੁਜ਼ਗਾਰ ਦੇ ਵਿੱਚ ਬਰਕਤ ਪਾਵੇ ਦਾਤਾ ਮਿਹਨਤ ਕਰੋ, ਅਗਰ ਪੋਲਿਊਸ਼ਨ ਜਿੰਨੀ ਵੀ ਘਟਾ ਸਕਦੇ ਹੋ ਜ਼ਿੰਦਗੀ ਦੀ ਉਹ ਘਟਾ ਲਓ, ਕੁਦਰਤ ਬੜੀ ਪਰੇਸ਼ਾਨ ਹੋ ਰਹੀ ਹੈ ਸਭ ਨੂੰ, ਕਿਉਂਕਿ ਅਸੀਂ ਜੋ ਬੀਜਦੇ ਹਾਂ ਉਹੀ ਮਿਲਦੇ ਹਾਂ। ਦਾਤਾ ਮਿਹਰ ਕਰੇ, ਸਾਰੀ ਕਿਰਪਾ ਕਰੇ ਆਈਆਂ ਹੋਈਆਂ ਸਾਰੀਆਂ ਹਸਤੀਆਂ ਨੂੰ, ਮੇਰੇ ਵਾਸਤੇ ਸਾਰੀਆਂ ਮੌਜੂਦ ਹਸਤੀਆਂ, ਇਸ ਤੁਸੀਂ ਆਪਣੀ ਜੇਬ ਦੇ ਵਿੱਚੋਂ ਜਿੰਨਾ ਵੀ ਕੁਛ ਖਰਚ ਕੇ ਆਏ ਮੇਰੇ ਲਈ, ਚਾਹੇ ਵਿੱਚ ਦਹੀਂ ਭੱਲੇ ਵੀ ਖਾਧੇ ਆ ਨਾ, ਉਹ ਵੀ ਮੇਰੇ ਨਾਲ ਰੱਬ ਤੁਹਾਡੀਆਂ ਕਮਾਈਆਂ ਦੇ ਵਿੱਚ 100 ਗੁਣਾ ਵਰਤਦਾ ਪਾ ਔਰ ਰਹਿਮਤਾਂ ਬਖਸ਼ਦਾ ਤਾਂ ਜਲਦੀ ਕਰਾ ਵਿੱਚ ਕੀ
रहमन इस संसार में सबसे निजे थाए, रहमन इस संसार में सबसे पिए थाए, ना जाने किस फेस में तोहरा Thank you.
ਹੋਰ ਸ਼ੁਰੂ ਕਰਨ ਲੱਗਿਆ ਸੀ, ਪਰ ਪਹਿਲਾਂ ਮੈਂ ਸ਼ੁਰੂ ਕਰੂੰਗਾ ਕਿ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਨਹੀਂ ਤੇਰੇ, ਇਸ਼ਕ ਦਾ ਗਿੜਦਾ ਨਾ ਪੈ, ਨਾ ਗਿੜਦੇ ਪੈਂਦੇ ਹੀ ਨਹੀਂ। ਕੁਛ ਚੀਜ਼ਾਂ ਹੈ ਜਿਹੜੀਆਂ ਮੇਰੇ ਵਾਸਤੇ ਸਿੱਧ ਹੋਈਆਂ ਵੀ ਹੈ, ਛੱਲਾ ਹੋਇਆ ਮੇਰੇ ਜ਼ਿੰਦਗੀ ਸਜਣਾ ਦੇ ਸਜਣਾ ਤੇਰੇ ਸ਼ਹਿਰ ਵਾਲੇ ਸਾਨੂੰ ਕਿਰਪਾ ਹੋ। ਪਤਾ ਨਹੀਂ ਕਿੰਨੇ ਵਾਰੀ ਗਾ ਚੁੱਕੇ, ਔਰ ਇਸ ਕਰਕੇ ਜਿਹੜਾ ਮੰਤਰ ਜਿੰਨੀ ਵਾਰੀ ਉਚਾਰਨ ਹੁੰਦਾ ਉਹਦੇ ਉੱਨੇ ਵਾਰੀ ਸਿੱਧ ਹੋ ਜਾਂਦਾ। ਅਵਲ ਇੱਕ ਓਂਕਾਰ, ਇੱਕ ਓਂਕਾਰ ਦਾ ਅਨਹਦ ਵਾਜਾ ਜਦੋਂ ਹੋਂਦ ਵਿੱਚ ਆਇਆ, ਇੱਕ ਓਂਕਾਰ ਦਾ ਅਨਹਦ ਵਾਜਾ ਜਦੋਂ ਹੋਂਦ ਵਿੱਚ ਆਇਆ, ਸ਼ਿਵ ਸ਼ੰਕਰ ਦਾ ਡਮਰੂ ਵੱਜਿਆ, ਵਿਸ਼ਨੂੰ ਸ਼ੰਖ ਵਜਾਇਆ, ਸਰਸਵਤੀ ਨੇ ਵੀਣਾ ਛੇੜੀ, ਬ੍ਰਹਮਾ ਨਾਮ ਸੁਣਾਇਆ, ਤੇ ਖੜਤਾਲਾਂ ਦੇ ਨਾਲ ਤੰਬੂਰਾ ਨਾਰਦ ਨੇ ਖੜਕਾਇਆ। ਬ੍ਰਹਮਾ ਨਾਥ ਸੁਣਾਇਆ, ਖੜਤਾਲਾਂ ਦੇ ਨਾਲ ਤੰਬੂਰਾ ਨਾਰਦ ਨੇ ਖੜਕਾਇਆ, ਸਰਬ ਕਲਾ ਸੰਪੂਰਨ ਰਾਧੇ ਸ਼ਾਮ ਨੇ ਰਾਸ ਰਚਾਇਆ। ਗਿੜਦਾ ਹੀ ਉੱਥੋਂ ਆਇਆ, ਰਾਧੇ ਸ਼ਾਮ ਨੇ ਰਾਸ ਰਚਾਇਆ, ਗੰਧਰਵਾਂ ਨੇ ਗਾਇਨ ਕੀਤਾ, ਹਰ ਹਰ ਤੇਰੀ ਮਾਇਆ, ਹਰ ਹਰ ਤੇਰੀ ਮਾਇਆ, ਤੇ ਦੇਵੀ ਦੇਵਤਿਆਂ ਨੇ ਮਿਲ ਕੇ ਐਸਾ ਗਿੜਦਾ ਪਾਇਆ। ਫਿਰ ਮੀਰਾਂ ਦੀ ਝਾਂਜਰ ਬਣ ਕੇ ਮਹਾਤ ਲੋਕ ਵਿੱਚ ਆਇਆ, ਸੋਰੀ ਇੰਦਰ ਦੇ ਖਾੜੇ ਦੀਆਂ ਭਰੀਆਂ ਇਹਨੂੰ ਅੱਡੀ ਨਾਲ ਨਚਾਇਆ, ਫਿਰ ਮੀਰਾਂ ਦੀ ਝਾਂਜਰ ਬਣ ਕੇ ਮਾਤ ਲੋਕ ਵਿੱਚ ਆਇਆ, ਗਿੜਦਾ ਮਾਤ ਲੋਕ ਵਿੱਚ ਆਇਆ। ਭੁੱਲੇ ਸ਼ਾਹ ਨੇ ਝਾਂਜਰ ਬਣ ਕੇ ਉਹ ਨੱਚ ਕੇ ਯਾਰ ਮਨਾਇਆ, ਫਿਰ ਪੰਜਾਬਣ ਕੁੜੀਆਂ ਨੇ ਇਹਨੂੰ ਤੀਆਂ ਵਿੱਚ ਚਲਾਇਆ, ਇਹੋ ਗਾਇਆ ਕਿ ਜਿਹੜੀ ਗਿੱਧਾ ਨਾ ਪਾਓ ਰੰਗ ਪਾਵੇ, ਇੱਕ ਸੋਹਣ
ਸੋਹਣੇ ਮਹਿਬੂਬ ਦੀ ਖਾਤਰ ਪੜ੍ਹ ਕੇ ਆਇਆ ਕੁਛ ਕਹਿੰਦਾ ਜੀ ਹਾਂ ਪੜ੍ਹ ਕੇ ਆਇਆ
ਕਹਿੰਦਾ ਜੇ ਮੈਂ ਪੜ੍ਹ ਕੇ ਆਇਆ ਤਾਂ ਪੰਨੇ ਕਿੱਧਰ ਗਏ? ਕਹਿੰਦਾ ਜੀ ਕਿਹੜੇ? ਕਦੇ ਸੂਣੀ ਤੇ, ਕਦੇ ਤੰਦੀ ਤੇ, ਕਦੇ ਆਰੇ ਤੇ, ਕਦੇ ਰੰਬੀ ਤੇ, ਕਦੇ ਚਰਖੜੀਆਂ ਤੇ, ਕੰਦਿਆਂ ਤੇ। ਅੱਗੋਂ ਫਿਰ ਸਵਾਲ ਪਾਤਾ, ਕਹਿੰਦਾ ਮੈਂ ਆਸ਼ਕਾਂ ਬਾਰੇ ਪੁੱਛਿਆ ਸੀ, ਤੁਸੀਂ ਸ਼ਹੀਦਾਂ ਬਾਰੇ ਦੱਸਣ ਲੱਗ ਗਏ। ਕਹਿੰਦਾ ਯਾਰ ਤੈਨੂੰ ਪਤਾ ਹੀ ਨਹੀਂ ਮੁਹੱਬਤ, ਕਹਿੰਦਾ ਕੁਰਬਾਨੀ ਦਿੰਦਾ ਕੌਣ? ਆਸ਼ਕੀ ਦਿੰਦੇ ਆ। ਜਿਹਨੇ ਮੁਹੱਬਤ ਕੀਤੀ ਆ ਉਹੀ ਕੁਰਬਾਨੀ ਦੇ ਸਕਦਾ, ਉਸਨੂੰ ਸੈਕਰੀਫਾਈ ਕਹਿੰਦੇ ਆ। ਜਿਹਦੀ ਜ਼ਿਆਦਾ ਵੱਡੀ ਮੁਹੱਬਤ ਆ ਉਸੇ ਦਾ ਨਾਮ ਪਹਿਲਾਂ ਆਉਂਦਾ। ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਉਹਨਾਂ ਦੀ ਕੁਰਬਾਨੀ ਵੱਡੀ ਸੀ। ਬਸ ਸਿਰਫ ਲਾਸਟ ਦੇ ਵਿੱਚ ਮਿਰਜ਼ਾ ਸਾਹਿਬਾਂ, ਉਹਦੇ 'ਚ ਸੱਤ ਭਰਾਵਾਂ ਨੇ, ਉਹਨੂੰ ਸਿਵਾ ਕੀਤਾ ਸੀ ਇਕੱਲੇ ਨੂੰ, ਇਸ ਕਰਕੇ ਮਿਰਜ਼ੇ ਦਾ ਨਾਮ। ਦਾਤਾ ਤੇ ਭਗਤ ਤੇ ਸੂਰਮਾ ਤਿੰਨੇ ਜਗ ਜਿਉਂਦੇ। ਆਪ ਕਹਿ ਗਿਆ ਜਿਨ ਪ੍ਰੇਮ ਕੀਆ ਤਿਨ ਹੀ ਪਪਾਇਆ, ਪ੍ਰੂਫ ਮੈਂ ਤੁਸੀਂ ਕਹਿੰਦਾ ਸ਼ੇਰ ਇਸ਼ਕ ਦਾ ਕਿਰਦਾ ਮੇਰੇ ਇਸ਼ਕ ਦਾ ਕਿਰਦਾ। ਬਾਰੇ ਪੁੱਛਿਆ ਸੀ, ਕਹਿੰਦੇ ਹਾਂਜੀ। ਕਹਿੰਦਾ ਫਿਰ ਸੁਣ ਲੈ। ਕਹਿੰਦਾ ਅੱਖ ਮਟੱਕਾ ਕਰਕੇ, ਸਿਰ ਟੇਡੀ ਪਗੜੀ ਧਰ ਕੇ, ਕੋਈ ਆਸ਼ਕ ਨਹੀਂ ਬਣ ਜਾਂਦਾ ਓਏ, ਕੋਈ ਆਸ਼ਕ ਨਹੀਂ ਬਣ ਜਾਂਦਾ, ਕੋਈ ਆਸ਼ਕ ਨਹੀਂ ਬਣ ਜਾਂਦਾ। ਘੋੜਾਂ ਉੱਤੇ ਖੜ ਕੇ, ਹੱਥ ਮੁੱਛਾਂ ਉੱਤੇ ਧਰ ਕੇ, ਕੋਈ ਆਸ਼ਕ ਨਹੀਂ ਬਣ ਜਾਂਦਾ, ਕੋਈ ਆਸ਼ਕ ਨਹੀਂ ਬਣ ਜਾਂਦਾ, ਕੋਈ ਆਸ਼ਕ ਨਹੀਂ ਬਣ ਜਾਂਦਾ। ਬੜੇ ਗੱਲਾਂ ਬਾਤਾਂ ਕਰਕੇ, ਦੋ ਚਾਰ ਪੋਥੀਆਂ ਪੜ੍ਹ ਕੇ, ਕੋਈ ਆਸ਼ਕ ਨਹੀਂ ਬਣ ਜਾਂਦਾ, ਕੋਈ ਆਸ਼ਕ ਨਹੀਂ ਬਣ ਜਾਂਦਾ, ਕੋਈ ਆਸ਼ਕ ਨਹੀਂ ਬਣ ਜਾਂਦਾ। ਤੇ ਘਰਦਿਆਂ ਦੇ ਨਾਲ ਲੜ ਕੇ, ਹੱਥ ਡਾਂਗਾਂ ਸੋਟੇ ਫੜ ਕੇ, ਕੋਈ ਆਸ਼ਕ ਨਹੀਂ ਬਣ ਜਾਂਦਾ। ਸੁਣੀ ਦੇ ਦੂਰ, ਸੁਣੀ ਦੇ ਦੂਰ, ਸੁਣੀ
ਕੋਦਰ ਦੇ ਵਿੱਚ ਪੀਰ ਮੁਰਾਦਾਂ ਵਾਲਾ ਤੇ ਦਾਤਾ ਸਾਹਿਬ ਮੰਡਾਲੀ ਦੇ ਵਿੱਚ ਰੁਤਬਾ ਖਾਸ ਉਹ ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੁੜਕੇ ਵਾਲਾ ਮੁਰਸ਼ਦ ਲੋਕਾਂ ਦਾ ਕਰ ਲੱਭਦਾ ਨਹੀਂ ਸਾਰੇ ਗਾਣੇ ਆਪਣੇ ਲਈ ਲੈ ਕੇ ਆਇਆ 100% ਲਵ ਯੂ ਟੂ ਬਾਨ ਸਾਹਿਬ ਕਹਿੰਦੇ ਲਵ ਯੂ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਵੈਰੀ ਮੱਚ ਹਾਂਜੀ ਤੁਹਾਨੂੰ ਦੱਸਿਆ ਵੀ ਸਾਰੇ ਗਾਣੇ ਤੁਹਾਡੇ ਸਾਰੇ ਠੀਕ ਠਾਕ ਹੋ ਜੀ ਪਿੱਛੇ ਵਾਲੇ ਠੀਕ ਹੋ ਜੀ ਥੈਂਕ ਯੂ ਤੁਸੀਂ ਸਾਈਡਾਂ ਵਾਲੇ ਲਵਲੀ ਬਹੁਤ ਦੇਰ ਦਾ ਇੰਤਜ਼ਾਰ ਸੀ ਦਿੱਲੀ ਮਾਨ ਸਾਹਿਬ ਅਤੇ ਮਾਨ ਸਾਹਿਬ ਦਿੱਲੀ ਦਾ ਅਤੇ ਦਿੱਲੀ ਨੂੰ ਮਾਨ ਸਾਹਿਬ ਦਾ ਹੈਨਾ ਔਰ ਅੱਜ ਸਭ ਪੂਰਨ ਹੋਇਆ ਕਿਉਂਕਿ ਹਮੇਸ਼ਾ ਥੈਂਕ ਯੂ ਫੋਰ ਕਮਿੰਗ ਔਰ ਥੈਂਕ ਯੂ ਫੋਰ ਹੈਵਿੰਗ ਅਸ ਹੇਅਰ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਸਾਨੂੰ ਹਮੇਸ਼ਾ ਦਿੱਲੀ ਤੋਂ ਮਿਲਦਾ ਹੈ ਔਰ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ 4 generations ਕਿਉਂਕਿ ਮਾਨ ਸਾਹਿਬ ਨੂੰ ਕਦੇ ਕਹਿੰਦੇ ਕਿ 1 legend ਫੋਰ ਆਲ ਜਨਰੇਸ਼ਨਸ ਇੱਕ ਆਂਟੀ ਆਪਣਾ ਛੋਟਾ ਜਿਹਾ ਪੋਤਾ ਲੈ ਕੇ ਆਏ ਸੀ ਕਹਿੰਦੇ ਮੈਂ ਆਪਣੀ ਚੌਥੀ ਪੀੜ੍ਹੀ ਲੈ ਕੇ ਆਇਆ ਤੁਹਾਨੂੰ ਮਿਲਾਉਣ ਦੇ ਵਾਸਤੇ ਸੁਪਰ ਇਹ ਪਿਆਰ ਇਸ ਨੇ ਇਹ ਮੁਹੱਬਤ ਹਮੇਸ਼ਾ ਹੀ ਤੁਸੀਂ ਦਿੱਤੀ ਹੈ ਉਹ ਇੱਦਾਂ ਹੀ ਦਿੰਦੇ ਰਹੋਗੇ ਮੈਂ ਤਾਂ ਹਮੇਸ਼ਾ ਕਹਿੰਦਾ ਹਰ ਸਟੇਜ 'ਤੇ ਕਹਿੰਦਾ ਕਿ ਅਸੀਂ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਪਿਆਰ ਕਰਦੇ ਸੀ ਪਿਆਰ ਕਰਦੇ ਤੇ ਪਿਆਰ ਕਰਦੇ ਰੀਅਲੀ ਲਵ ਯੂ ਮਾਨ ਸਾਹਿਬ ਥੈਂਕ ਯੂ ਸੋ ਮਚ ਦ ਗ੍ਰੇਟ ਗੋਸ ਟੂ ਮਾਨ ਸਾਹਿਬ ਬਿਕੋਜ਼ ਮਾਨ ਸਾਹਿਬ ਨੇ ਹਮੇਸ਼ਾ ਇੰਨੀ ਸੋਹਣੀ ਇੰਨੀ ਖੂਬਸੂਰਤ ਇੰਨੀ ਸੋਲਫੁੱਲ ਸੰਗੀਤ ਦਿੱਤਾ ਮਿਊਜ਼ਿਕ ਦਿੱਤਾ ਪੰਜਾਬੀ ਸਿਨੇਮਾ ਨੂੰ ਲੱਗੇ ਆ ਔਰ ਸਾਨੂੰ ਪੰਜਾਬੀ ਸਿਖਾਈ ਸੀ ਪੰਜਾਬੀਆਂ ਨੂੰ ਇੰਨੇ ਉੱਥੇ ਲੱਗੇ ਆ ਜ਼ੋਰਦਾਰ ਤਾੜੀ ਮਾਨ ਸਾਹਿਬ ਨਾਲ ਦੇ ਔਰ ਜਿਹਦੇ ਕਰਕੇ ਆਪਾਂ ਇਕੱਠੇ ਹੋਏ ਹਾਂ ਸਾਊਂਡ ਆਫ ਸੋਇਲ ਇੰਨੀ ਸੋਲਫੁੱਲ ਐਲਬਮ ਹੈ ਨਾ ਬਸ 9 ਗਾਣੇ
ਨੌ ਗਾਣੇ ਆਪਣੇ ਆਪ 'ਚ ਬਣ ਕੇ ਹੈ, ਤੁਸੀਂ ਇੱਕ ਸੁਣੋਗੇ, ਦੋ ਸੁਣੋਗੇ, ਤਿੰਨ ਸੁਣੋਗੇ, ਬਣ ਕੇ ਆਪਣੇ ਮਾਨ ਸਾਹਿਬ ਨੇ ਬਹੁਤ ਪਿਆਰ ਦੇ ਨਾਲ ਦਿਲੋਂ ਤੁਹਾਡੇ ਲਈ ਉਹ ਨੌ ਗੀਤ ਲਿਖੇ, ਕਿਉਂਕਿ ਤੁਸੀਂ ਹਮੇਸ਼ਾ ਮਾਨ ਸਾਹਿਬ ਦੇ ਗੀਤ ਨੂੰ ਇੰਨਾ ਪਿਆਰ ਦਿੱਤਾ, ਔਰ ਸਾਊਂਡ ਆਫ ਸੋਇਲ ਮਿੱਟੀ ਦੀ ਆਵਾਜ਼ ਉਹ ਨਾਮ ਵੀ ਇਹਨੇ ਰੱਖਿਆ, ਔਰ ਤੁਸੀਂ ਬਸ ਕੁਛ ਦਿਨ ਹੋਰ ਹੈ, ਆਪੇ ਝੂਠੀ ਸੁਣ ਲਓ, ਸੁਣ ਲਿਆ ਸਾਰਿਆਂ ਨੇ, ਆਪੇ ਝੂਠੀ ਪਿਆ ਜੂ ਮਾਈਆ ਉੱਚਾ ਨੀਵਾ ਬੋਲ, ਸੁਣ ਲਿਆ ਸਾਰਿਆਂ ਨੇ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਇੰਨਾ ਪਿਆਰਾ ਗੀਤ, ਇੰਨਾ ਪਿਆਰਾ ਵੀਡੀਓ, ਔਰ ਆਉਣ ਵਾਲੇ ਗੀਤ ਜਿਹੜੇ ਉਹਦੇ ਵੀ ਬਹੁਤ ਸੋਹਣੇ ਗਾਣੇ ਆ, ਤੁਸੀਂ ਜ਼ਰੂਰ ਸੁਣਿਓ, ਠੀਕ ਹੈ ਜੀ। ਵੀ ਪ੍ਰੋਮਿਸ ਯੂ ਟੂ ਡਿਲੀਵਰ ਯੂ ਗੁੱਡ ਮਿਊਜ਼ਿਕ, ਤੁਸੀਂ ਪ੍ਰੋਮਿਸ ਕਰੋ ਕਿ ਅਸੀਂ ਇੱਥੇ ਹੀ ਪਿਆਰ ਕਰਦੇ ਰਹੋਗੇ। ਫਿਰ ਜ਼ੋਰਦਾਰ ਪਾਣੀਆਂ ਫਤ ਲਸ਼ ਜਿੰਨਾ ਆਪ ਗੁਰਦਾਸ ਮਾਨ ਸਾਹਿਬ। ਐਕਚੁਅਲੀ ਜਿਨ੍ਹਾਂ ਨੇ ਇਹ ਪ੍ਰੋਮਿਸ ਕਰਕੇ ਹੀ ਮੇਰੀ ਬਾਂਹ ਫੜੀ ਹੈ, ਉਹਨਾਂ ਨੂੰ ਪ੍ਰੋਮਿਸ ਕਰਾਉਣ ਦੀ ਕੀ ਜ਼ਰੂਰਤ। ਉਹਨਾਂ ਨੇ ਪਹਿਲਾਂ ਹੀ ਪ੍ਰੋਮਿਸ ਕਰਕੇ ਮੇਰੀ ਬਾਂਹ ਫੜੀ ਸੀ ਕਿ ਚੱਲ ਸ਼ੇਰਾ ਗਾ, ਉਹ ਤੁਸੀਂ ਹੋ ਬਾਬਾ, ਆਪਣੇ ਸਰੋਤਿਆਂ ਦੇ ਪਿਆਰ ਸਤਿਕਾਰ ਦੀ ਰੋਟੀ ਖਾਂਦਾ ਮਰ ਜਾਣਾ ਮਾਣ ਮੇਰੇ ਦੋਸਤ, ਆਪਣੇ ਸਰੋਤਿਆਂ ਦੇ, ਆਪਣੇ ਸਰੋਤਿਆਂ ਦੇ ਪਿਆਰ ਸਤਿਕਾਰ ਦੀ ਰੋਟੀ ਖਾਂਦਾ ਮਰ ਜਾਣਾ ਮਾਣ ਮੇਰੇ ਦੋਸਤਾ। ਸਾਨੂੰ ਸਾਡੀ ਆਪਣੀ ਫਕੀਰੀ ਜੋਗਾ ਰਹਿਣ ਦੇ ਸ਼ੋਹਰਤਾਂ ਨੇ ਕੀਤਾ ਬਦਨਾਮ ਮੇਰੇ ਦੋਸਤ। ਵਾਹ, ਸ਼ੋਹਰਤ ਪਹੁੰਚਾਉਣੀ, ਇੱਜ਼ਤ ਇਸ ਜਗ੍ਹਾ ਦੇ ਉਹਨੂੰ ਵੀ ਬਣਾ ਕੇ ਰੱਖਣਾ, ਉਹਦੀ ਕਿਰਪਾ ਤੋਂ ਬਣਾ ਨਹੀਂ ਹੋ ਸਕਦਾ, ਉਹ ਅਟਲ ਹੈ, ਉਹਦੀ ਕਿਰਪਾ, ਉਹੀ ਅਸ਼ੀਰਵਾਦ, ਯਕੀਨੀ ਅਸ਼ੀਰਵਾਦ ਹੈ। ਸੋ ਆਪਣੀ ਸਾਊਂਡ ਆਫ ਸੋਇਲ ਦੇ ਵਿੱਚੋਂ ਕਾਬਿਲ ਤੋ ਕਹਾਂ ਮੇਰੀ ਨਜ਼ਰ ਹੈ, ਯੇ ਤੇਰੀ ਇਨਾਇਤ ਹੈ ਕਿ ਰੁਖ ਤੇਰਾ ਇਧਰ ਹੈ। ਤਾਲੀ ਖੁੱਲ ਕੇ ਪਲੀਜ਼। ਜਦ ਤੱਕ ਖੁੱਲੇ ਨਾ ਬੰਦਾ ਸਵੇਰੇ ਸਵੇਰੇ ਸਾਰਾ ਦਿਨ ਸਵਾਦ ਹੀ ਨਹੀਂ ਪਤਾ, ਖੁੱਲ ਜਾਏਗਾ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆ, ਸੋਹਣਿਆ ਸੋਹਣਿਆ
ਨਸ਼ੇ ਨੇ ਵੀ ਦੁੱਖ ਮੇਰਾ ਸੁਣਿਆ ਸੁਣਾਇਆ ਸੁਣਿਆ ਸੁਣਾਇਆ ਤੇਰੇ ਬਾਜੋ ਕਿਸੇ ਮੈਨੂੰ ਸੀਨੇ ਨਾਲ ਲਾਇਆ ਨਹੀਂ ਸੀਨੇ ਨਾਲ ਲਾਇਆ ਨਹੀਂ ਸੀਨੇ ਨਾਲ ਲਾਇਆ ਇੱਥੇ ਲਾਈ ਰੱਖੀ ਸੋਹਣਿਆ ਤਾਰੀ ਵਜਾਇਆ ਸੀਨੇ ਨਾਲ ਲਾਇਆ ਇੱਥੇ ਲਾਈ ਰੱਖੀ ਸੋਹਣਿਆ ਚੰਗਿਆਂ ਤੇ ਮੰਦਿਆਂ ਨਿਭਾਈ ਰੱਖੀ ਸੋਹਣਿਆ ਨਿਭਾਈ ਰੱਖੀ ਕਮਲੀ ਚ ਆਪਣੀ ਲੁਕਾਈ ਰੱਖੀ ਸੋਹਣਿਆ ਕਮਲੀ ਚ ਲੁਕਾਈ ਰੱਖੀ ਸੋਹਣਿਆ ਚੰਗੇ ਆਂਦੇ ਮੰਦੇ ਨਿਭਾਈ ਰੱਖੀ ਸੋਹਣਿਆ ਮੌਜਾਂ ਕਾਬਿਲ ਤੋਂ ਕਹਾਂ ਮੇਰੀ ਨਜ਼ਰ ਹੈ ਕਿ ਤੇਰੀ ਇਨਾਇਤ ਹੈ ਕਿ ਰੁੱਖ ਤੇਰਾ ਇਧਰ ਹੈ ਤੇਰੀਆਂ ਗੁਲਾਮਾਂ ਦਾ ਮੈਂ ਅਧਨਾ ਗੁਲਾਮ ਹਾਂ ਤੇਰੀਆਂ ਗੁਲਾਮਾਂ ਦਾ ਮੈਂ ਅਧਨਾ ਗੁਲਾਮ ਹਾਂ ਲੋਕੀ ਕਹਿੰਦੇ ਖਾਸ ਮੈਂ ਤੇ ਆਮਾ ਤੋਂ ਵੀ ਆਮ ਹਾਂ ਪਰਦਾ ਜ ਪਾਇਆ ਪਾਈ ਰੱਖੀ ਸੋਹਣਿਆ ਪਰਦਾ ਜ ਪਾਇਆ ਪਾਈ ਰੱਖੀ ਸੋਹਣਿਆ ਚੰਗਿਆਂ ਪਾਈ ਰੱਖੀ ਸੋਹਣਿਆ ਸੋਹਣਿਆ
ਸ਼ਾਨ ਮੈਂ ਤੇ ਪਾਈ ਚੜੀ ਹੋਈ ਗੁੱਡੀ ਨੂੰ ਚੜਾਈ ਰੱਖੀ ਸੋਹਣਿਆ ਚੜੀ ਹੋਈ ਅੱਜ ਕੀ ਹਮੇਸ਼ਾ ਹੀ ਹਰ ਸਟੇਜ ਪੇ ਆਪਾਂ ਨੂੰ ਮਾਨ ਸਾਹਿਬ ਤੋਂ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ, ਹਰ ਇੱਕ ਸਟੇਜ 'ਤੇ ਕੁਛ ਨਵਾਂ ਹੁੰਦਾ। ਅੱਜ ਕੀ ਨਵਾਂ ਹੋਇਆ ਤੁਹਾਨੂੰ ਪਤਾ? ਕਿਹਨੂੰ ਪਤਾ, ਦੱਸੋ ਕੀ ਹੋਇਆ? ਨਹੀਂ ਅੱਜ ਹੋਇਆ ਤਾੜੀ। ਥੈਂਕ ਯੂ ਮਾਨ ਸਾਹਿਬ, ਇੰਨੀਆਂ ਸੋਹਣੀਆਂ ਦਾਵਾਂ, ਇੰਨੀ ਸੋਹਣੀ ਕਿਆ ਬਾਤ। ਮੈਂ ਕਿਹਾ ਜੀ ਅੱਜ ਤੁਸੀਂ ਬਹੁਤ ਸੋਹਣੇ ਦਾਅ ਦਿੱਤੀ ਨਾ ਬਈ, ਇਹਦਾ ਕਰਕੇ ਤਾੜੀ। ਮਾਨ ਸਾਹਿਬ, ਮਾਨ ਸਾਹਿਬ ਅਤੇ ਮਾਨ ਸਾਹਿਬ ਦਾ ਕੋਈ ਸ਼ੱਕ ਨਹੀਂ ਤੁਹਾਡੇ। ਅੱਜ ਮੈਂ ਹੋਰ, ਅੱਜ ਕੋਈ ਖੂਬਸੂਰਤ ਦਿਨ ਚੜਿਆ ਹੋਏਗਾ ਭਾਗਾਂ ਵਾਲਾ ਦਿਨ। ਵਾਹ 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 ਵਾਹ, ਅੱਜ ਦਿਨ ਚੜਿਆ ਤੇਰੇ ਰੰਗ ਵਰਗਾ। ਕਿਆ ਬਾਤ ਹੈ, ਕਿਰਨਾਂ ਦੇ ਵਿੱਚ ਨਸ਼ਾ ਜੀ ਹੱਕ, ਛੀਂਬੇ ਸੱਪ ਦੇ ਡੰਗ ਵਰਗਾ। ਕਦੇ ਕਦੇ ਵੈਸੇ ਤਾਂ ਰੋਜ਼ ਹੀ ਭਾਗਾਂ ਵਾਲਾ ਦਿਨ ਹੁੰਦਾ, ਕਿਸੇ ਲਈ ਮਾੜਾ ਹੁੰਦਾ, ਕਿਸੇ ਲਈ ਚੰਗਾ ਹੁੰਦਾ। ਦਿਨ ਤਾਂ ਉਹੀ ਹੈ, ਸੂਰਜ ਵੀ ਉਹੀ ਹੈ, ਧਰਤੀ ਵੀ ਉਹੀ ਹੈ, ਪੰਜ ਤੱਤ ਵੀ ਉਹੀ ਨੇ, ਪਰ ਕਈ ਵੇਲੇ ਬੰਦੇ ਦੇ ਜਿਹੜੇ ਗ੍ਰਹਿ ਆ, ਪਤਾ ਨਹੀਂ ਕਿਹੜੀ ਕਿਹੜੀ ਜਾਲ 'ਤੇ, ਕਿਹੜੀ ਕਿਹੜੀ ਕੁੰਡਲੀ 'ਚ, ਕਿਹੜੇ ਕਿਹੜੇ ਘਰ 'ਚ ਬੈਠੇ ਹੁੰਦੇ। ਘਰਾਂ ਦਾ ਤਾਂ ਮੈਨੂੰ ਪਤਾ ਨਹੀਂ, ਮੈਨੂੰ ਸਿਰਫ ਤੁਹਾਡੇ ਘਰਾਂ ਦਾ ਪਤਾ ਕਿ ਤੁਸੀਂ ਕਿੰਨਾ ਪਿਆਰ ਸਤਿਕਾਰ ਨਾਲ ਉਹ ਘਰੇ ਬੱਚਿਆਂ ਨੂੰ ਕਹਿੰਦੇ ਤਾਂ ਗੁਰਦਾਸ ਮਾਨ ਨੂੰ ਛੁੱਟ ਕਰ, ਗੁਰਦਾਸ ਮਾਨ ਨੂੰ ਛੁੱਟ। ਕਿਆ ਬਾਤ ਹੈ, ਕਿਆ ਬਾਤ। ਅੱਜ ਇੱਕ ਇਸ ਕਰਕੇ ਮੈਂ ਕਹਿ ਰਿਹਾ ਕਿ ਚੰਡੀਗੜ੍ਹ ਦੇ ਏਅਰਪੋਰਟ 'ਤੇ ਊਸ਼ਾ ਉੱਤੋਂ ਕੀ ਮਿਲੇ, ਬੰਗਾਲ ਦੀ ਸ਼ੇਰਨੀ, ਮੁਲਾਕਾਤ ਹੋਈ ਉਹਨਾਂ ਦੇ ਨਾਲ। ਉਹਨਾਂ ਨੇ ਬੈਂਚ ਦੇ ਉੱਤੇ ਹੀ ਬੈਠ ਕੇ ਮੈਨੂੰ ਕਹਿੰਦੇ ਚੱਲ ਗਾ। ਗਾਣਾ ਕੀ ਸੀ? ਥੋੜ੍ਹਾ ਥੋੜ੍ਹਾ ਚੱਲ ਹੈ ਬਾਈ, ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਰੁੱਕੋ ਹੋਵੇ ਤਾਂ
ਦੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਰੁੱਤਮ ਸਤਾਨੀ ਵਿੱਚ ਚੜ੍ਹਦੀ ਜਵਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ। ਚੜਨਾ ਉਹਨਾਂ ਕੋਲ ਜਾਓ, ਸਿਰ ਪਿੱਛੇ ਬੈਕਗਰਾਊਂਡ ਮਿਊਜ਼ਿਕ ਉਤਰਾਓ, ਉਹ ਚੱਲਿਆ ਉਹ ਪਿੱਛੇ ਸ਼ਹਿਨਾਈਆਂ ਵੱਜ ਰਹੀਆਂ, ਪਰ ਸ਼ਹਿਨਾਈਆਂ ਨਹੀਂ ਵੱਜ ਰਹੀਆਂ, ਗਾਲਬ ਸਾਹਿਬ ਦੇ ਸ਼ੇਰ ਵਾਂਗੂ ਕਹਿੰਦੇ ਆ। ਕਹਿੰਦੇ ਜੀ ਗਾਲਬ ਸਾਹਿਬ ਸਾਨੂੰ ਸ਼ੇਰ ਸੁਣਾਓ, ਕਹਿੰਦਾ ਤੁਹਾਡੀ ਸਮਝ ਤੋਂ ਬਾਹਰ, ਕਹਿੰਦੇ ਸੁਣਾਓ ਤਾਂ ਸੁਣ। ਤੂਫਾਨ ਥਾ ਆਂਧੀਆਂ ਚੱਲ ਰਹੀ ਥੀ, ਕਹਿੰਦੇ ਵਾਹ ਵਾਹ, ਆਂਧੀਆਂ ਤੂਫਾਨ ਚੱਲ ਰਹਾ ਥਾ, ਆਂਧੀਆਂ ਚੱਲ ਰਹੀ ਥੀ, ਮੌਸਮ ਸੁਹਾਣਾ ਥਾ, ਕਹਿੰਦੇ ਵਾਹ। ਕਹਿੰਦਾ ਸਾਲਿਓ ਮੌਸਮ ਸੁਹਾਣਾ ਕਿਵੇਂ ਹੋ ਸਕਦਾ, ਤੁਹਾਨੂੰ ਪਹਿਲਾਂ ਕਹਿ ਦੀ ਤੁਹਾਡੇ ਸਾਹਿਬ ਲੇਟਦਾਰੂ ਉੱਚੀ ਆਊਟ ਸੀ, ਹੱਥ ਵਿੱਚ ਵੇਲਣਾ ਖੜੀ ਸਿਕਿਉਰਟੀ,
ਖੇਲਣਾ ਬੰਦੂਕ ਵਾਂਗ ਗੁੱਕਿਆ ਪੀਵੀ ਦਾ ਤੇ ਟੁੱਟ ਗਿਆ ਸ਼ੀਸ਼ਾ ਵਾ ਕਲਰ ਟੀਵੀ ਦਾ ਫਿਰ ਕਿਸੇ ਛੁੱਡੋ ਵਾਂਗ ਲੈ ਲੇ ਪੈਂਤਰੇ ਤੇ ਹੈਂਡ ਗਰਨੇਡ ਬਣੇ ਸੇਬ ਸੰਤਰੇ ਪਤੀ ਕਹਿੰਦਾ ਦੱਸ ਪਹਿਲਾਂ ਗੱਲ ਤਾਂ ਸੁਣ ਲੈ ਜਿਹੜੀ ਗੱਲ ਸੁਣਾ ਰਿਹਾ ਉਹਦੇ ਤੱਕ ਤੇਰਾ ਕਬਜ਼ਾ ਹੀ ਨਹੀਂ ਵੈਸੇ ਹੀ ਕਬਜ਼ੀ ਹੋਈ ਹੈ ਮੈਨੂੰ ਲੱਗਦਾ ਦੋਨੇ ਚੀਜ਼ਾਂ ਹੀ ਪਰੇਸ਼ਾਨ ਕਰ ਗੱਲ ਭਲਾਈ ਦੀ ਨਹੀਂ ਗੱਲ ਨੂੰ ਰਮਾ ਰੱਖਣਾ ਜ਼ਰੂਰੀ ਉਹੀ ਗੱਲਬਾਤ ਆ ਗਿਆ ਨਾ ਸ਼ੇਰ ਜਿਹੜਾ ਮੋਸ਼ਨ ਸੀ ਨਾ ਬਣਿਆ ਹੋਇਆ ਵੇਲਣਾ ਬੰਦੂਕ ਵਾਂਗ ਗੁੱਕਿਆ ਬੀਵੀ ਦਾ ਤੇ ਟੁੱਟ ਗਿਆ ਸ਼ੀਸ਼ਾ ਹੋਇਆ ਕਲਰ ਟੀਵੀ ਦਾ ਫਿਰ ਕਿਸੇ ਜੁੱਡੋ ਵਾਂਗ ਖੁੱਲੇ ਲੈ ਪੈਂਤਰੇ ਹੈਂਡ ਗਰਨੇਡ ਬਣੇ ਸੇਬ ਸੰਤਰੇ ਪਤੀ ਕਹਿੰਦਾ ਦੱਸ ਟੀਵੀ ਕਿਉਂ ਤੋੜੇ ਕਹਿੰਦੀ ਵੱਡੀ ਆ ਚਲਾਕਾ ਇਹ ਵੀ ਤੂੰ ਤੋੜੇ ਕਹਿੰਦਾ ਸਿਰ ਨੂੰ ਕਹਿੰਦੀ ਸਿਰ ਨੂੰ ਬਚਾਉਣ ਲਈ ਜੇ ਨਾ ਭੱਜਦਾ ਟੀਵੀ ਉੱਤੇ ਵੇਲਣਾ ਕਦੇ ਨਾ ਵੱਜਦਾ ਟੀਵੀ ਉੱਤੇ ਵੇਲਣਾ ਕਦੇ ਨਾ ਵੱਜਦਾ ਜਾਣੀਏ ਰੂਸ ਅਮਰੀਕਾ ਕਰੇ ਯੁੱਧ ਦਾ ਤਰੀਕਾ ਭਾਵੇਂ ਜੂ ਰੂਸ ਅਮਰੀਕਾ ਜਾਣੀਏ ਰੂਸ ਅਮਰੀਕਾ ਕਰੇ ਯੁੱਧ ਦਾ ਤਰੀਕਾ ਟੀਵੀ ਕੋਲੋਂ ਸਿੱਖਣਾ ਜ਼ਰੂਰ ਚਾਹੀਦਾ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਸੁਹਾਗੇ ਦੀ ਨਿਸ਼ਾਨੀ ਦੋਸਤੋ ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ ਖੇੜਾ ਖੁਸ਼ੀ ਦਾ ਨਾ ਛੱਡੋ ਘਰੋਂ ਦੁੱਖ ਪੀੜਾ ਕੱਢੋ ਤੇ ਸੁਬਾ ਸੁਬਾ ਨੱਸਣਾ ਜ਼ਰੂਰ ਚਾਹੀਦਾ ਭਾਜੀ ਛੱਲਾ ਨਹੀਂ ਹੈ ਛੱਲਾ ਲੋਕ ਭਾਜੀ ਛੱਲਾ ਅਜਾ ਸ਼ੁਕਰ ਆ ਮੈਨੂੰ ਛੱਲਾ ਨਹੀਂ ਗਿਆ ਸ਼ੁਕਰ ਆ ਭਾਜੀ ਛੱਲਾ ਮੈਨੂੰ ਉਹ ਵੀ ਬਹੁਤ ਅੱਛਾ ਲੱਗਾ ਕਿਉਂਕਿ ਮੈਂ ਆਪਣੇ ਨਾਲ ਹੀ ਮਰ ਜਾਣਾ ਮਾਣ ਲਗਾ ਜੋ ਮਰਜ਼ੀ ਕਹੀ ਚੱਲ ਕਿਆ ਬਾਤ ਕਿਆ ਬਾਤ ਕਿਆ ਬਾਤ ਹਾਂ ਤੁਹਾਡੇ ਦੱਸਿਆ ਸਾਰੇ ਗਾਣੇ ਤੁਹਾਡੇ ਆ ਜਿਹੜਾ ਤੁਸੀਂ ਨਾਲ ਨਾਲ ਗਾਉਂਦੇ ਹੋ ਨਾ ਉਹ ਬਹੁਤ ਚੰਗਾ ਲੱਗਦਾ ਸੱਚੀ ਕਿਉਂਕਿ ਸਭ ਨੂੰ ਇਕੱਲਾ ਇਕੱਲਾ ਗਾਣਾ ਯਾਦ ਹੈ ਸਭ ਨੂੰ ਉੱਪਰ ਲੱਗਦਾ ਅੱਛਾ ਬਿਠਾ ਦਿਓ ਹਾਂ ਹਾਂ ਹੁਣ ਮੈਂ ਦੇਖੋ ਨਾ ਤਾਂ ਤੂਫਾਨ ਰੁਕਦਾ ਹੁੰਦਾ ਅਤੇ ਨਾ ਹੀ ਕਦੀ ਅੱਗ ਰੁਕਦੀ ਹੁੰਦੀ ਹੈ ਸੋ ਇਹ ਸਾਡੇ ਤੂਫਾਨ ਵਰਗੇ ਨੇ ਮੈਂ ਇਹਨਾਂ ਨੂੰ ਰੋਕ ਨਹੀਂ ਸਕਦਾ ਕਿਉਂਕਿ ਇਹ ਮੁਹੱਬਤ ਕਰਨ ਵਾਲੇ ਆ ਕੋਸ਼ਿਸ਼ ਕਰ ਲਓ ਜੇ ਤੁਸੀਂ ਬਹਿ ਸਕਦੇ ਹੋ ਤਾਂ ਬਹਿ ਜਾਓ ਪਰ
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਮੈਂ ਇਹਨਾਂ ਨੂੰ ਰੋਕ ਨਹੀਂ ਸਕਦਾ। ਸੋ ਤੁਸੀਂ ਪਲੀਜ਼ ਅਗਰ ਬਹਿ ਸਕਦੇ ਤਾਂ ਬਹਿ ਜਾਓ, ਪਰ ਹਾਂਜੀ ਉੱਥੇ ਬਿਠਾ ਦੇਵਾਂ ਅਤੇ ਮਰ ਜਾਏ, ਅਸੀਂ ਕਿਉਂ ਆਏ ਹਾਂ ਫਿਰ। ਰੱਬ ਕਰਕੇ ਰੱਬ ਸਭ ਨਾਲ ਸਭ ਦਾ ਜੀ ਕਰਦਾ, ਸਭ ਦਾ ਜੀ ਕਰਦਾ, ਉਹਨਾਂ ਕੋਲ ਕਰਦਾ, ਤਾੜੀ ਰੋਕਦਾ, ਤਾੜੀ ਰੋਕਦਾ। ਤੇਰੀਆਂ ਮੈਂ ਲੱਖ ਬਣੀਆਂ, ਮੇਰੀ ਇੱਕ ਜਮਨੇ ਤੇ ਜਾਣਾ, ਜਿਹੜਾ ਸੁਣ ਲੈ ਉਹੀ ਸਿਆਣਾ। ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਤੋਂ ਚੰਗਾ ਪਰਦਾ, ਜੇ ਮਨਸੂਰ ਨਾ ਬੋਲਦਾ ਤੇ ਸੂਲੀ ਗਾਣੋ ਜੜ। ਸੁਣਨਾ ਬਹੁਤ ਵੱਡੀ ਚੀਜ਼, ਸਾਰਾ ਜਪਜੀ ਸਾਹਿਬ ਸੁਣ ਦੇ ਉੱਤੇ ਆਏ। ਉਹਨਾਂ ਨੇ ਜਿਹੜੀ ਬਾਣੀ ਰਚੀ ਹੈ ਸੁਣਨ ਵਾਸਤੇ ਰਚੀ ਹੈ, ਫਿਰ ਅਮਲ ਕਰਨ ਵਾਸਤੇ ਰਚੀ ਹੈ। ਪ੍ਰੈਕਟੀਕਲ ਹੈ ਨਹੀਂ, ਪ੍ਰੈਕਟੀਕਲ ਤੇ ਆਓ ਨਾ। ਜੋ ਬਾਬਾ ਸੁਣਦੀ ਸੁਣਦੀ ਮੈਂ ਮਰੀ, ਜਿਹੜੇ ਸਾਧੂ ਸੰਤ ਮਹਾਤਮਾ ਖਾਮੋਸ਼ ਹੋ ਜਾਂਦੇ ਨੇ, ਸਮੁੰਦਰ ਦੇ ਵਿਚਾਲੇ ਚਲੀਏ ਚੁੱਪ ਖਾਮੋਸ਼ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਕਿਨਾਰਿਆਂ 'ਤੇ ਰੌਲਾ ਰੱਪਾ ਹੀ ਹੈ। ਸੋ ਕਿਨਾਰੇ 'ਤੇ ਨਹੀਂ, ਅੰਦਰ ਵੜਨ ਦੀ ਕੋਸ਼ਿਸ਼ ਕਰੋ ਦਿਲ ਦੇ, ਕਿਉਂਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਉਣੀਆਂ ਜਾਣ। ਬੋਲਣੋਂ ਹਟਦੇ ਨਹੀਂ, ਕਿਉਂਕਿ ਵਿੱਚ ਹੋਰ ਬੋਲਦੀ ਹੈ ਕੋਈ ਚੀਜ਼ ਜਿਹੜੀ ਖਾਧੀ ਪੀਤੀ ਹੈ। ਇਹਨੂੰ ਬੰਦ ਕਰ ਪੈਣਾ ਆਪਣੇ ਫੋਨ, ਉੱਥੇ ਪਾ ਲਿਆ ਜਿੱਥੇ ਪਾਉਣਾ ਚਾਹੀਦਾ। ਠਹਿਰ ਜਾ ਪ੍ਰਭਾ, ਮੈਂ ਤੁਹਾਨੂੰ ਕੀ ਕਿਹਾ ਸੀ ਸੁਣ ਲਓ। ਇਹ ਚਿਰਕਰ ਬਾਹਰ ਜਾਂਦੇ ਤੁਰੇ ਜਾਂਦੇ ਕਰਵਾ ਸਕਦੇ, ਹੁਣ ਬੀਬੀ ਨਾਲ ਹੀ ਗੱਲਾਂ ਕਰਨ ਲੱਗ ਗਏ ਅਤੇ ਬਾਕੀ ਟੱਬਰ ਦਾ ਕੀ ਕਰਾਂਗੇ ਇੱਥੇ ਸਾਰੇ ਬੈਠੇ ਤਾਂ। ਪਲੀਜ਼ ਸੁਣਦੀ ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ, ਜਿਸ ਨੂੰ ਸੁਣਨਾ ਆ ਗਿਆ ਹੁਣ ਬੋਲਣ ਦੀ ਕੀ ਲੋੜ। ਜਿਹਨੂੰ ਸੁਣਨਾ ਆ ਸੁਣ ਲਓ, ਸ਼ਾਇਦ ਕੋਈ ਕੰਨ 'ਚ ਪੈ ਜੇ, ਕੰਮ ਆ ਜੇ। ਵੈਸੇ ਤਾਂ ਮੇਰੇ ਵੀ ਨਹੀਂ ਕੰਮ ਆਈਆਂ, ਤੁਹਾਡੇ ਕੀ ਅੰਮਾ।
ਕੱਢਿਆ ਤੇ ਉਹਨੇ ਵਰਤਨਾ ਫੇਰਾ ਪਾਇਆ ਤੇ ਉਹਨੇ ਵਰਤਨਾ ਫੇਰਾ ਪਾਇਆ ਉਹ ਛੱਲਾ ਫੁੜ ਕੇ ਨਹੀਂ ਆਇਆ ਰੋਣਾ ਉਮਰਾਂ
ਲੱਗਣ ਦੀ ਬੇਗਾਨੀ ਲੱਗਣ ਦੀ ਬੇਗਾਨੀ ਓ ਪਿੱਛੇ ਦੂਰ ਇੱਕ ਭਾਜੀ ਸਰਦਾਰ ਜੀ ਇਕੱਲੇ ਹੀ ਨੱਚ ਰਹੇ ਆਪਣੀ ਮਸਤੀ ਜਿਹਨੂੰ ਕਹਿੰਦੇ ਮੌਜ ਭਾਜੀ ਜੀਓ ਮਸਤੋਂ ਕਾ ਝੂਮਨਾ ਵੀ ਬੰਦਗੀ ਸੇ ਕਮ ਨਹੀਂ ਹੈ ਔਰ ਮਰਨਾ ਕਿਸੀ ਕੀ ਯਾਦ ਮੇਂ ਜ਼ਿੰਦਗੀ ਸੇ ਕਮ ਨਹੀਂ ਕੀ ਬਾਤ ਮਾਨ ਸਾਹਿਬ ਕੋਈ ਸ਼ੱਕ ਨਹੀਂ ਕਿਉਂਕਿ ਸਾਰੇ ਆਪਣੀ ਆਪਣੀ ਮਰਜ਼ੀ ਆਪਣੀ ਆਪਣੀ ਐਨਰਜੀ 'ਚ ਨੱਚ ਰਹੇ ਸਾਰੇ ਐਵਰੀਵਨ ਇਜ਼ ਹੈਪੀ ਪੂਰਾ ਇੰਜੋਏ ਕਰ ਰਹੇ ਸਾਰੇ ਇੱਕ ਬਹੁਤ ਪਿਆਰਾ ਜਿਹਾ ਬੱਚਾ ਛੋਟਾ ਜਿਹਾ ਬੱਚਾ ਬਹੁਤ ਸੋਹਣਾ ਪੋਸਟਰ ਲੈ ਕੇ ਆਇਆ ਹੋਇਆ ਵੀ ਲਵ ਯੂ ਮਾਨ ਸਾਹਿਬ ਬਿਊਟੀਫੁਲ ਥੈਂਕ ਯੂ ਬ੍ਰਦਰ ਤੁਸੀਂ ਬਹੁਤ ਸੋਹਣਾ ਬਹੁਤ ਪਿਆਰ ਨਾਲ ਇੰਨਾ ਸੋਹਣਾ ਪੋਸਟਰ ਬਣਾ ਕੇ ਲੈ ਕੇ ਥੈਂਕ ਯੂ ਸੋ ਮਚ ਭਾਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਯੈਸ ਹਾਂਜੀ ਯੈਸ ਹਾਂਜੀ ਆਪ ਠੀਕ ਹੋ ਜੀ ਉੱਪਰ ਵਾਲੇ ਉਹ ਸਭ ਤੋਂ ਪਹਿਲਾਂ ਉੱਪਰ ਵਾਲੇ ਨੂੰ ਜੀ ਮਾਨ ਸਾਹਿਬ ਉੱਪਰ ਵਾਲਾ ਬਹੁਤ ਜ਼ਰੂਰੀ ਹੈ ਉੱਪਰ ਵਾਲੇ ਕੀ ਮਿਹਰ ਔਰ ਨਜ਼ਰ ਖਾਸ ਨਜ਼ਰ ਕਰਮ ਹੋਣੀ ਜ਼ਰੂਰੀ ਹੈ ਜੀ ਮਾਨ ਸਾਹਿਬ ਬਿਲਕੁਲ ਸੋ ਉੱਪਰ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਵਧੀਆ ਕਿੰਨੀ ਦੂਰ ਦੂਰ ਖੜ ਕੇ ਆਨੰਦ ਮਾਣ ਰਹੇ ਹਾਂ ਇੱਥੇ ਦੀਵੇ ਥੱਲੇ ਵੀ ਹਨੇਰਾ ਹੋਇਆ ਅੱਛਾ ਇਹ ਹੁਣੇ ਪਿਛਲੀਆਂ ਟੱਪਾਂ ਕੰਧਾਂ ਟੱਪ ਕੇ ਹਾਂਜੀ ਪੱਕਾ ਪਰ ਜਿਹੜਾ ਕੰਧ ਟੱਪ ਕੇ ਦੇਖਣ ਦਾ ਸਵਾਲ ਆਉਂਦਾ ਮਾਨਸਾ ਨੂੰ ਮਿੱਤਰਾਂ ਦੀ ਕੰਧ ਟੱਪ ਕੇ ਆ ਗਈ ਵੇਲ ਕਿਉਂਕਿ ਕਈ ਵਾਰੀ ਨਹੀਂ ਵੀ ਹੁੰਦਾ ਬੰਦੇ ਕੋਲ ਬੰਦਾ ਕਹਿੰਦਾ ਮਾਨ ਸਾਹਿਬ ਜੋੜ ਦੇ ਇਟਸ ਲਾਈਕ ਅ ਡ੍ਰੀਮ ਕਮ ਥਰੂ ਮਾਨ ਸਾਹਿਬ ਨੂੰ ਲਾਈਵ ਦੇਖਣਾ ਹਨਾ ਔਰ ਸਾਰਿਆਂ ਦਾ ਖੁਆਬ ਰੱਬ ਕਰਕੇ ਸਾਰਿਆਂ ਦਾ ਖੁਆਬ ਪੂਰਾ ਹੋਵੇ ਕਿ ਸਭ ਲੋਕ ਦੇਖ ਪਾਉਣ ਕਿ ਮਾਨ ਸਾਹਿਬ ਦੀ ਐਨਰਜੀ ਮਾਨ ਸਾਹਿਬ ਦੇ ਗਾਣੇ ਮਾਨ ਸਾਹਿਬ ਦੀ ਅਦਾਇਗੀ ਰੱਬ ਕਰਕੇ ਸਾਰੇ ਦੇਖ ਪਾਉਣ ਇਟਸ ਲਾਈਕ ਅ ਡ੍ਰੀਮ ਕਮ ਥਰੂ ਜ਼ੋਰ ਦਾ ਪੁਆਰੀ ਸਾਡਾ ਬੋਲ ਰਿਹਾ ਚੱਲਿਆ ਮਾਫ ਕਰ ਉਹ ਠਹਿਰ ਜਾ ਕਮਲੀ ਦੇ ਕੁਛ ਲੱਗ ਗਿਆ ਇੰਨਾ ਵੀ ਆਪਣਾ ਨਹੀਂ ਬਣਾਈਦਾ ਕਿਸੇ ਨੂੰ ਕਿ ਉਂਗਲ ਫੜਾਈਏ ਅਤੇ ਲੱਤ ਫੜ ਲਈਏ ਪਜਾਮਾ ਲਾ ਕੇ ਲੈ ਦੇ ਕਸਮ ਨਾਲ ਕਹਿਣਾ ਸੁਣ ਤੇ ਸੁਣਨਾ ਬਹੁਤ ਵਧੀਆ ਬਾਹਰ ਮੈਨੂੰ ਪਤਾ ਲੱਗਿਆ ਸੀਗਾ ਕਰਨ ਔਜਲਾ ਦੇ ਉੱਤੇ ਕਿਸ ਤਰ੍ਹਾਂ ਦਾ ਵਤੀਰਾ ਹੋਇਆ ਮੈਨੂੰ ਅੱਛਾ ਨਹੀਂ ਲੱਗਿਆ ਕਲਾਕਾਰ ਤੁਹਾਡੇ ਵਾਸਤੇ ਇੰਨੀ ਦੂਰੋਂ ਚੱਲ ਕੇ ਗਿਆ ਤੁਸੀਂ ਉਹਦੀ ਇੰਤਜ਼ਾਰ ਕੀਤੀ ਉਸਨੇ ਤੁਹਾਡੀ ਇੰਤਜ਼ਾਰ ਕੀਤੀ ਹੈ ਯਾਰ ਮੈਂ ਬਾਹਰ ਇੰਨੀ ਆਡੀਅੰਸ ਸੀਗੀ ਜਿਹੜੀ ਅੱਜ ਤੱਕ ਕਿਸੇ ਦੇ ਆਡੀਅੰਸ ਦੇ ਵਿੱਚ ਨਹੀਂ ਸ਼ਾਮਲ ਔਰ ਉਹਦੇ ਵਿੱਚ ਸ਼ਾਮਲ ਕੁੜੀਆਂ ਉਸ ਦੇ ਗੀਤ ਬਕਾਇਦਾ ਨਾਲ ਨਾਲ ਗਾ ਰਹੀਆਂ ਸੀ ਤੂੰ ਕਿੰਨਾ ਪਿਆਰ ਸਤਿਕਾਰ ਹੋ ਵੰਡਿਆ ਹੋਏਗਾ ਉਸਨੇ ਸੋ ਆਪਣੇ ਕਲਾਕਾਰ ਦੀ ਆਪਣੇ ਸਾਧੂ ਸੰਤਾਂ ਦੀ ਧੀਆਂ ਧਿਆਣਿਆਂ ਦੀ ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਬਾਬਾ ਤੁਸੀਂ ਨਹੀਂ ਕਦਰ ਕਰੋਗੇ ਤਾਂ ਹੋਰ ਕੌਣ ਕਰੋਗੇ ਕਦਰ ਕਰਨੀ ਸਿੱਖੋ ਇੱਜ਼ਤ ਕਰਨੀ ਸਿੱਖੋਗੇ ਇੱਜ਼ਤ ਤੁਹਾਨੂੰ ਦੁੱਗਣੀ ਨਾ ਮਿਲੇ ਤਾਂ ਕਹਿ ਦੇਣਾ ਕਿਸੇ ਨੂੰ ਸਲੀਕੇ ਨਾਲ ਮਿਲੋ ਤਰੀਕੇ ਨਾਲ ਮਿਲੋ ਤਹਿਜ਼ੀਬ ਨਾਲ ਮਿਲੋ ਜਬ ਵੀ ਮਿਲੋ ਕਿਸੇ ਸੇ ਮਤਲਬ ਐਸੇ ਮਿਲੋ ਕਿ ਪਹਿਲੀ ਮੁਲਾਕਾਤ ਕੀ ਤਰ੍ਹਾਂ ਲੱਗੇ
ਪਹਿਲੀ ਮੁਲਾਕਾਤ ਬੰਦਾ ਛੱਡਦਾ ਨਹੀਂ। ਜਦੋਂ ਦਾ ਹਸੀਨਾ ਤੇ ਸ਼ਬਾਬ ਆ ਗਿਆ ਏ, ਜਦੋਂ ਦਾ ਹਸੀਨਾ ਤੇ ਸ਼ਬਾਬ ਆ ਗਿਆ ਏ, ਉਦੋਂ ਤੋਂ ਵੀ ਕੋਰਾ ਜਵਾਬ ਆ ਗਿਆ। ਨੈਣ ਹੋਏ ਲੋਕੋ ਵੇ, ਨੈਣ ਹੋਏ ਲੋਕੋ, ਖੁਦ ਇਹਨਾਂ ਦੇ ਸ਼ਰਾਬੀ। ਨੈਣ ਹੋਏ ਲੋਕੋ, ਖੁਦ ਇਹਨਾਂ ਦੇ ਸ਼ਰਾਬੀ, ਸਾਨੂੰ ਕਹਿੰਦੇ ਪੀ ਕੇ ਸ਼ਰਾਬ ਆ ਗਿਆ। ਜਦੋਂ ਵਲੈਤਣਾ ਵਲੈਤੀ ਸਭ ਬਾਹਰੋਂ ਆਉਂਦੇ ਸੀ, ਬਹੁਤ ਘੱਟ ਲੋਕ ਸੀ ਬਾਹਰ। ਉਹ ਜਦੋਂ ਉਤਰਦੇ ਸੀ ਨਾ ਦਿੱਲੀ ਏਅਰਪੋਰਟ ਹੁੰਦਾ ਸੀ ਕੋਈ, ਉੱਥੋਂ ਉਹਨਾਂ ਨੇ ਨਿਕਲਣਾ, ਫਿਰ ਅੱਗੇ ਪੰਜਾਬ ਦੀ ਜੂਹ ਜਿੱਥੇ ਆਉਂਦੀ ਸੀ ਉੱਥੇ ਲਓ ਬਈ ਸਵਾਰੀਓ ਉਤਰੋ, ਆਓ ਬਈ ਵਲੈਤੀਓ ਉਤਰੋ ਸਵਾਰੀਓ, ਲੱਸੀ ਦੁੱਧ ਪੀ ਲਓ ਭਾਈ ਉਤਰੋ ਸਵਾਰੀਓ, ਉਹ ਮਰ ਜਾਣੇ ਮਾਨ ਦਾ ਪੰਜਾਬ ਆ ਗਿਆ। ਉੱਥੋਂ ਸ਼ੁਰੂ ਹੋਇਆ ਸੀ ਆਪਣਾ ਪੰਜਾਬ, ਹੋਏ ਉੱਥੋਂ ਹੀ ਸ਼ੁਰੂ ਕਰ ਕਿੱਥੇ ਲੈ ਗਿਆ। ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਮੂਲੀ ਨਾਲ ਗੰਡਾ ਹੋਵੇ ਤੇ ਪਾਣ ਵਾਲਾ ਮੰਜਾ ਹੋਵੇ, ਹੋ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ। ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ, ਆਪਣਾ ਪੰਜਾਬ, ਆਪਣਾ ਪੰਜਾਬ, ਆਪਣਾ ਪੰਜਾਬ, ਆਪਣਾ ਪੰਜਾਬ। ਸਰੋਂ ਦੇ ਸਾਗ ਵਿੱਚ ਮੈਂ ਚੌਹੀ ਚੌ ਪਾਈ ਜਾਵਾਂ, ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ, ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ, ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ। ਖੂਦ ਜਾ ਕੰਨੇ ਝੂਠਾ, ਖੂਦ ਜਾ ਕੰਨੇ ਝੂਠਾ,
ਪਾਸੇ ਦਾ ਕਮਾਲ ਹੋਵੇ ਆਪਣਾ ਪੰਜਾਬ ਹੋਵੇ ਸੱਥ ਵਿੱਚ ਸੀਪ ਖੇਡਾਂ ਕੋਈ ਸਾਥ ਵਿੱਚ ਨਜ਼ਰ ਆਇਆ ਤਬਲਾ ਔਰ ਇੱਕ ਮੈਂਡਲ ਸੱਥ ਵਿੱਚ ਸੀਪ ਖੇਡਾਂ ਸੱਥ ਵਿੱਚ ਸੀਪ ਖੇਡਾਂ ਬਾਬਿਆਂ ਦੀ ਟਾਣੀ ਨਾਲ ਸੱਥ ਵਿੱਚ ਸੱਥ ਵਿੱਚ ਸੀਪ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਚੱਕਾ ਪਾ ਕੇ ਚੰਦ ਮਾਮਾ ਹੱਸੀ ਜਾਵੇ ਤਾਰਿਆਂ ਦੀ ਰਾਤ ਵਿੱਚ ਚੰਦ ਮਾਮਾ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲੀ ਪੰਜਾਬ ਜਾਂਦਾ ਕਿੰਦ ਦਾ ਮਰ ਜਾਣੇ ਮਾਨਾ
ਪੰਜ ਤੱਤਾਂ ਦਾ ਪੁਤਲਾ ਬੰਦਾ ਪੰਜ ਵਕਾਰ ਸ਼ਰਾਬੀ ਪੰਜੇ ਪਾਂਡੋ ਪੰਚੋਵੇਂ ਪਰਮੇਸ਼ਵਰ ਪੰਜ ਨਮਾਜ਼ ਖੁਦਾ ਦੀ ਪੰਜੇ ਤਖਤ ਤੇ ਪੰਜੇ ਕੱਕੇ ਸਿੱਖ ਪੰਥ ਦੀ ਚਾਬੀ ਪੰਜਾ ਸਾਹਿਬ ਗੁਰੂ ਕੀ ਨਗਰੀ ਪੰਜੇ ਨਾਲ ਨਵਾਜ਼ੀ ਪੰਜ ਅੰਮ੍ਰਿਤ ਪੰਚਾਕਸ਼ਰੀ ਮੰਤਰ ਸ਼ਿਵਜੀ ਆਦਿ ਅਨਾਦੀ ਪੰਜ ਉਂਗਲਾਂ ਦੀ ਬਣਦੀ ਮੁੱਠੀ ਤਾਕਤ ਬੇਹਿਸਾਬੀ ਤੇ ਪੰਜ ਚੀਜ਼ਾਂ ਤੋਂ ਬਣੇ ਪੰਜੀਰੀ ਪੰਜ ਤੋਂ ਬਣੀ ਪੰਜਾਬੀ ਜਦੋਂ ਕਿਸੇ ਨੂੰ ਗਾਲਾਂ ਕੱਢਦੇ ਕਿਸੇ ਨੂੰ ਆਉਂਦੀ ਨਹੀਂ ਪੰਜਾਬੀ ਮੈਂ ਉਦੋਂ ਲਿਖਿਆ ਸੀ ਨੀ ਪੜ ਲੈ ਗੁਰਮੁਖੀਆਂ ਤੂੰ ਕੀ ਵੇਖਦੀ ਭਾਬੀ ਪੜ ਲੈ ਗੁਰਮੁਖੀਆਂ ਬੁਲਾਉਂਦਾ ਸੈਂ ਉਹ ਵੇਲਾ ਯਾਦ ਕਰ ਉਹ ਵੇਲਾ ਯਾਦ ਕਰ ਜਦ ਬਾਰੀ ਮੂਹਰੇ ਟਿਕਟਾਂ ਲਈ ਖਲੋਂਦਾ ਸੈਂ ਜਦ ਬਾਰੀ ਮੂਹਰੇ ਟਿਕਟਾਂ ਲਈ ਖਲੋਂਦਾ ਸੈਂ ਜਦ ਬਾਰੀ ਮੂਹਰੇ ਟਿਕਟਾਂ ਲਈ ਖਲੋਂਦਾ ਸੈਂ ਉਹ ਵੇਲਾ ਯਾਦ ਨਾ ਲਾਉੜਨੀ ਛੜੇ ਛੜੇ ਨਾ ਸਮਝੋ ਲੋਕੋ ਛੜੇ ਬੜੇ ਗੁਣਕਾਰੀ ਲੈ ਵੀ ਛੜੇ ਛੜੇ ਨਾ ਸਮਝੋ ਲੋਕੋ ਛੜੇ ਬੜੇ ਗੁਣਕਾਰੀ ਨਾ ਛੜਿਆਂ ਨੂੰ ਖੋੜਾ ਫਿਣਸੀ ਨਾ ਕੋਈ ਲੱਗੇ ਬਿਮਾਰੀ ਦੇਸੀ ਘਿਓ ਦੇ ਪੱਕਣ ਪਰੌਠੇ ਮੁਰਗੇ ਦੀ ਤਰਕਾਰੀ ਅੱਛਾ ਹੁਣ ਛੜਿਆਂ ਨੇ ਗੈਸ ਲਵਾ ਲਈ ਫੁਕਣੋ ਹਟ ਗਈ ਦਾੜੀ ਪਹਿਲਾਂ ਪ੍ਰਾਈਵੇਟ ਛੜੇ ਸਨ ਹੁਣ ਬਣ ਗਏ ਸਰਕਾਰੀ ਪਹਿਲਾਂ ਪ੍ਰਾਈਵੇਟ ਛੜੇ ਸਨ ਹੁਣ ਬਣ ਗਏ ਸਰਕਾਰੀ ਸਰਕਾਰੀ ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ ਕਹਿ ਗਏ ਅਟਲ ਬਿਹਾਰੀ
ਸਾਡੇ ਛੜਿਆਂ ਦੀ ਦੁਨੀਆਂ ਤੇ ਸਰਦਾਰੀ, ਸਾਡੇ ਛੜਿਆਂ ਦੀ ਤੁਹਾਡੀ ਗੱਲ ਦੇ ਵਿੱਚ ਮੇਰੀ ਗੱਲ ਚਲੀ ਜਾਣੀ, ਸਾਥ ਸੰਭਾਲ ਆਵਾਜ਼ ਬੋਲਵੀ ਦੀ ਭੋਲੇ ਪਾਲੇ ਦਿਨ ਭਰਨਾ ਭੋਲਾ ਬੈਠੇ ਭੋਲੇ ਪਾਲੇ ਭੋਲੇ ਪਾਲੇ ਦਿਨ ਬਚਪਨ ਦੇ, ਆਪਣੀ ਆਪਣੀ ਗੱਲ ਯਾਦ ਰੱਖ, ਭੋਲੇ ਪਾਲੇ ਦਿਨ ਬਚਪਨ ਦੇ, ਭੋਲੇ ਪਾਲੇ ਆੜੀ ਚੜਿਆ ਨਸ਼ਾ ਜਵਾਨੀ ਵਾਲਾ, ਇਸ਼ਕ ਨੇ ਮਾਰੀ ਤਾੜੀ, ਅੱਛਾ ਮਾਂ ਪਿਓ ਨੇ ਵੀ ਨਜ਼ਰਾਂ ਰੱਖੀਆਂ, ਨਜ਼ਰ ਮੁੰਡੇ ਦੀ ਮਾੜੀ, ਲਓ ਜੀ ਫਿਰ ਪੰਡਿਤ ਸਦਕੇ ਮੈਚ ਕਰਾਤੀ ਕੋਟ ਪੈਂਟ ਨਾਲ ਸਾੜੀ, ਸ਼ੇਰੇ ਬਣ ਕੇ ਲਾੜਾ ਬਣਿਆ ਲਹਿੰਗਾ ਪਾ ਕੇ ਲਾੜੀ, ਹਰ ਸਟੇਸ਼ਨ ਤੇ ਇੱਕ ਨਿਆਣਾ ਤੇ ਲੋਕਲ ਬਣ ਗਈ ਗਾੜੀ, ਉਹ ਮੁੰਡਾ ਸੀ ਖਰਬੂਜੇ ਵਰਗਾ ਹੋ ਗਿਆ ਫਾੜੀ, ਮੁੰਡਾ ਸਿਖਰ ਦੂਜੇ ਵਰਗਾ ਹੋ ਗਿਆ ਫਾੜੀ ਫਾੜੀ, ਪਹਿਲਾਂ ਮੁੰਡਾ ਪੱਗ ਰੰਗਦਾ ਸੀ ਅੱਜ ਕੱਲ੍ਹ ਰੰਗਦਾ ਦਾੜੀ, ਸੀ ਲੈ ਚੁੱਪ ਕਰਕੇ ਸੀ ਲੈ ਚੁੱਪ ਕਰਕੇ ਤੇਰੀ ਪਿੰਟ ਚ ਵਾਕਾ ਪਾੜੀ, ਸੀ ਲੈ ਚੁੱਪ ਕਰਕੇ ਯਾਦ ਕਰ ਜਦ ਬਾਪੂ ਬਾਪੂ ਕਹਿੰਦੇ ਸੀ ਤੇ ਬੜੇ ਨਜ਼ਾਰੇ ਲੈਂਦੇ ਸੀ, ਜਦ ਬਾਪੂ ਬਾਪੂ ਕਹਿੰਦੇ ਸੀ ਤੇ ਬੜੇ ਨਜ਼ਾਰੇ ਲੈਂਦੇ ਸੀ, ਜਦ ਬਾਪੂ ਖਵਾਇਆ ਸਾਨੂੰ ਸੁੱਖ ਦਾ ਸਾਹ ਨਹੀਂ ਆਇਆ, ਕਿਉਂ ਬੋਲਿਆ ਉਹ ਵੇਲਾ ਉਹ ਵੇਲਾ ਯਾਦ ਕੋਈ ਦਰਬਾਰੀ ਗਾਇਕ ਤਾਨ ਸੇਨ ਦਾ ਜਾਇਆ, ਨਾ ਮੈਂ ਕੋਈ ਦਰਬਾਰੀ ਗਾਇਕ ਤਾਨ ਸੇਨ ਦਾ ਜਾਇਆ, ਨਾ ਮੈਂ ਦੀਪਕ ਰਾਗ ਛੇੜ ਕੇ ਬੁਝਿਆ ਦੀਪ ਜਗਾਇਆ, ਨਾ ਮੈਂ ਇਲਮੀ ਨਾ ਮੈਂ ਫਿਲਮੀ ਨਾ ਕੋਈ ਗੈਰ ਪਰਾਇਆ, ਇਹ ਕਿਰਪਾ ਮੇਰੀ ਮਾਂ ਦੀ ਕਿਰਪਾ, ਜੋ ਲਿਖਿਆ ਜੋ ਗਾਇਆ, ਮੈਂ ਇੱਕ ਬੈਜੂ ਮਾਨ ਬਾਂਵਰਾ, ਮੈਨੂੰ ਲੜ ਸਾਈਆਂ ਨੇ ਲਾਇਆ, ਉਹ ਦੇਖ ਕੇ ਤੁਰ ਜਾਣਾ ਮੈਂ ਲੈ ਕੇ ਕੁਛ ਨਹੀਂ ਆਇਆ, ਦੇਖ ਕੇ ਤੁਰ ਜਾਣਾ ਲੈ ਕੇ ਕੁਛ ਨਹੀਂ ਆਇਆ, ਦੇਖ ਕੇ ਤੁਰ ਜਾਣਾ ਮੈਂ ਲੈ ਕੇ ਕੁਛ ਨਹੀਂ ਆਇਆ, ਦੇਖ ਕੇ ਤੁਰ ਜਾਣਾ ਲੈ ਕੇ ਕੁਛ ਨਹੀਂ ਆਇਆ। ਮੈਂ ਲੈ ਕੇ ਕੁਛ ਨਹੀਂ ਆਇਆ, ਦੇਖ ਕੇ ਤੁਰ ਜਾਣਾ ਲੈ ਕੇ ਕੁਛ ਨਹੀਂ ਆਇਆ।
ਜਬ ਆਏ ਜਬ ਹਮ ਆਏ ਜਗਤ ਮੇ ਕਬੀਰ ਸਾਹਿਬ ਫਰਮਾਤੇ ਹੈ ਕਿ ਜਬ ਹਮ ਆਏ ਜਗਤ ਮੇ ਜਗ ਹਸੇ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਜਬ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ ਔਰੰ ਕੋ ਸ਼ੀਤਲ ਕਰੇ ਆਪੂ ਸ਼ੀਤਲ ਕਰੇ ਆਹੀ ਨੁਕਤੇ ਹੈ ਬਾਬਾ ਜੀ ਅਮਲ ਬਿਨਾ ਕੁਛ ਨਹੀਂ ਜਿਓ ਬਾਬੇ ਹਾਂਜੀ ਠੀਕ ਹੈ ਕਿਆ ਬਾਤ ਹੈ ਬਿਲਕੁਲ ਨਾਲੇ ਤਾਂ ਡਾਂਸ ਹੋ ਜਾਂਦਾ ਤਾਂ ਨਾਲੇ ਗੱਲਾਂ ਸਿੱਖਣ ਨੂੰ ਮਿਲ ਜਾਂਦੀਆਂ ਇਹੀ ਸਾਡੇ ਮਾਨ ਸਾਹਿਬ ਹੈ ਨਾ ਹਾਂਜੀ ਕੀ ਬਣੋ ਦੁਨੀਆਂ ਦਾ ਕੀ ਬਣੋ ਦੁਨੀਆਂ ਦਾ ਅੱਛਾ ਮੈਂ ਦਿਲ ਦਾ ਮਾਮਲਾ ਗਾਉਣ ਲੱਗਿਆ ਸੀ ਸੋਰੀ ਜੀ ਬਾਬਾ ਮੈਂ ਤੁਹਾਡੇ ਨਾਲ ਵਾਅਦਾ ਕਿਹਾ ਕਿਤੇ ਪਿੱਛੋਂ ਆਵਾਜ਼ ਆਈ ਸੀ ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਫਰਮਾਇਸ਼ਾਂ ਸੀ ਪਰ ਮੈਂ ਤੁਹਾਡਾ ਜਦੋਂ ਵੀ ਓਕੇ ਤੁਹਾਡਾ ਦਿਲ ਇਹ ਕਹਿੰਦਾ ਨਾ ਸਾਰਿਆਂ ਦਾ ਦਿਲ ਕਹਿੰਦਾ ਦਿਲ ਦਾ ਮਾਮਲਾ ਤੁਸੀਂ ਮੈਂ ਸੌ ਸਰਦਾ ਮੈਂ ਤਾਂ ਹੀ ਤਾਂ ਕਹਿੰਦਾ ਕਿ ਸਾਨੂੰ ਲੱਗਦਾ ਹੈ ਸੋਹਣੇ ਜਿਹੇ ਖਾਬ ਵਰਗਾ ਸਾਨੂੰ ਲੱਗਦਾ ਹੈ ਸੋਹਣੇ ਜਿਹੇ ਖਾਬ ਵਾਰਾ ਸਾਨੂੰ ਮਿਲਣਾ ਨਹੀਂ ਕੋਈ ਮਾਨ ਸਾਹਿਬ ਵਰਗਾ ਥੈਂਕ ਯੂ ਮਾਨ ਸਾਹਿਬ ਕਿਆ ਬਾਤ ਚਲਾਏ ਨੀ ਕਹਿੰਦੇ ਉਹਨਾਂ ਨੇ ਚੱਲਣੀ ਨਹੀਂ ਬਸ
ਸੌਰੀ ਉਹਨਾਂ ਤੋਂ ਬਹੁਤ ਮੈਨੂੰ ਮਾਯੂਸੀ ਹੋ ਰਹੀ ਹੈ ਇਸ ਗੱਲ ਦੀ ਕਿ ਉਹਨਾਂ ਦਾ ਕਿਸਬ ਹੈ, ਉਹਨਾਂ ਦੀ ਰੋਜ਼ੀ ਰੋਟੀ ਹੈ, ਪਰਮਾਤਮਾ ਉਹਨਾਂ ਦੀ ਰੋਟੀ ਸਭ ਦੀ ਰੋਟੀ ਹੋਣ ਦੇ ਵਿੱਚ ਬਰਕਤਾਂ ਪਾ ਦੇਣਾ। ਪਰ ਹੁਣ ਨਾ ਚਲਾਉਣਾ ਬਾਬਿਓ, ਤੁਹਾਡੀ ਤਾਰੀਫ ਕਰ ਦਿੱਤੀ ਗਈ। ਜਿੱਥੇ ਵਕਤ ਹੁੰਦਾ ਉੱਥੇ ਚਲਾਉਣੀ ਪੈਂਦੀ, ਕੋਈ ਨਾ ਤਾਂ ਫਿਰ ਥੈਂਕ ਯੂ ਸੋ ਮਚ, ਜਿਹੜਾ ਸਮਝ ਗਿਆ ਉਹੀ ਕਹਿ। ਚਿਰਾਗ ਪੈਰੋ ਹਰਮ, ਦੇਖੋ ਪਿੱਛੇ ਕਿੰਨੇ ਮੋਬਾਈਲ ਜਗ ਰਹੇ ਹੈ ਇਸ ਵੇਲੇ, ਦੇਖੋ ਦੇਖੋ ਦੇਖੋ, ਖੁਸ਼ੀ ਆਫ ਫਲੈਸ਼ ਲਾਈ ਸਾਊਂਡ ਪਲੀਜ਼, ਐਵਰੀਵਨ ਪੁੱਟ ਸਭ ਗਾ ਕੇ ਰੱਖੋ ਜਰਾ ਖੁਸ਼ੀ ਨੂੰ। ਬੁਝ ਰਹੇ ਹੈ ਚਿਰਾਗ ਪੈਰੋ ਹਰਮ, ਦਿਲ ਜਲਾਓ ਕੇ ਰੋਸ਼ਨੀ ਕਮ ਹੈ। ਪੁੱਛਦੇ ਕਰੋ ਸਜਣ, ਪੁੱਛਦੇ ਕਰੋ ਸਜਣ, ਤੌਬਾ ਖੁਦਾ ਦੇ ਵਾਸਤੇ, ਤੌਬਾ ਖੁਦਾ ਦੇ ਵਾਸਤੇ, ਪੁੱਛਦੇ ਕਰੋ ਸਜਣ। ਦਿਲ Thank you.
ਪਿਆ ਸੀ ਹੋਵੇ ਕਰਕੇ ਬਸੇਰਾ ਇੱਕੋ ਗੱਲ ਕਹਿੰਦਾ ਤੈਨੂੰ ਮਰ ਜਾਏਗਾ ਆਸ਼ਕ ਤੇਰਾ ਇੱਕੋ ਗੱਲ ਕਹਿੰਦਾ ਤੈਨੂੰ ਹੋ 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 ਹੋ
ਦਰਦ ਤੇਰੇ ਦੀਵਾਨੇ ਦਰਦ ਹੁਣੇ ਚੰਗਾ ਪੱਲਾ ਸੀ ਤੇਰੇ ਪਰਵਾਨੇ ਦਰਦ ਦੋਹਾਂ ਵਿੱਚ ਫਰਕ ਬੜਾ ਹੈ ਕਿਆ ਬਾਤ ਮਾਨ ਸਾਹਿਬ ਬਿਗਸ ਮਾਲ ਥੈਂਕ ਯੂ ਵੈਰੀ ਮਚ ਕੀ ਫਰਮਾਇਸ਼ ਮੁਬਾਰਕਾਂ ਹੋ ਕਿਹੜੀ ਫਰਮਾਇਸ਼ ਓਕੇ ਹਰਿਆਣਵੀ ਕੀ ਫਰਮਾਇਸ਼ ਹੈ ਹਰਿਆਣਵੀ ਕੀ ਹਾਂ ਵਹੀ 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 ਵੋ ਕਿਆ ਬਾਤ ਹਾਂ ਰਾਣੇ ਵਾਲੇ ਤਾਂ ਸਭ ਵਾਇਰ ਕਰਦੇ ਹਾਂ ਵਹੀ 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 ਕਹਾਂਗੇ ਮਾਨ ਸਾਹਿਬ ਮੈਂ ਮਾਨ ਸਾਹਿਬ ਕੋ ਕਹਿ ਤਾ ਮਾਨ ਸਾਹਿਬ ਜਵਾਬ ਇੱਕ ਆਪ ਟਿਪੀਕਲ ਪੰਜਾਬੀ ਹੋ ਜਾਵਾ ਹਰਿਆਣੇ ਦੀ ਗੱਲ ਤਾਂ ਲੱਗਦਾ ਕਿ ਹਰਿਆਣੇ ਸਹੀ ਹੈ ਮਾਨ ਸਾਹਿਬ ਇਤਨਾ ਕਮਾਲ ਗਾਤੇ ਨਾ ਇਤਨਾ ਕਮਾਲ ਦਾ ਐਕਸੈਂਟ ਹੈ ਮਾਨ ਸਾਹਿਬ ਦਾ ਯਾਰ ਇਸ ਮੇ ਕੋਈ ਸ਼ੱਕ ਹੀ ਨਹੀਂ ਹੈ ਬਾਬਾ ਕੈਸੇ ਪਹੁੰਚ ਸਕੋਗੇ ਯਾਰ ਇੱਕ ਹੀ ਹਿੰਦੁਸਤਾਨ ਥਾ ਇੱਕ ਹੀ ਪੰਜਾਬ ਥਾ ਕਿਤਨੀ ਦੂਰ ਤੱਕ ਆਪ ਸਭ ਕੋ ਸਾਰੀ ਚੀਜ਼ੇ ਮਿਲੇ ਉਨਕੋ ਛੋਟੇ ਛੋਟੇ ਹਿੱਸੋ ਮੇ ਬਾਂਟ ਦਿਆ ਤਾਂ ਕਿ ਬਕਾਇਦਗੀ ਨਾਲ ਉਨ ਪੇ ਨਜ਼ਰ ਰੱਖ ਸਕੇ ਇਸ ਲਈ ਇਹ ਛੋਟੇ ਛੋਟੇ ਹਿੱਸੇ ਬਣਾਇਆ ਕਿ ਚੱਲ ਇਨਕੋ ਯੇ ਹਿੱਸਾ ਦਿਆ ਇਹ ਪੂਰਾ ਕਾਮ ਕਰੇਗਾ ਨਹੀਂ ਤਾਂ ਦੂਰ ਮੇ ਬੈਠਾ ਕਹਾਂ ਆਦਮੀ ਦੂਜਾ ਦੇਖ ਸਕਦਾ ਗੌਰਮਿੰਟ ਕਾ ਮਤਲਬ ਹੀ ਹੈ ਕਿ ਗੌਰਮਿੰਟ ਉਹ ਹੋਤੀ ਹੈ ਜੋ ਮਿੰਟ ਮਿੰਟ ਪੇ ਗੌਰ ਫਰਮਾਏ ਅੱਛਾ ਐਨਕ ਵੋ ਹੋਤੀ ਹੈ
जो ये बताए ए नक कि मेरा भी वड्डा नक है मैंने छेड़ी नहीं तो शुरू नखा नाक ना दे सो अपने अपने नक न संभाल ਮੁੰਡਾ ਹੋਇਆ ਜੰਮਣ ਲੱਗਿਆ ਕਹਿੰਦੇ ਕੀ ਹੋਇਆ ਕਹਿੰਦੇ ਨੱਕ ਹੋਇਆ ਨਾਲ ਛੋਟਾ ਜਿਹਾ ਮੁੰਡਾ ਵੀ ਲੱਗਿਆ ਮੈਂ ਇੱਕ ਤਾਰੀਫ ਕਰਨੀ ਚਾਹੂੰਗਾ ਨੀਰਜ ਚੋਪੜਾ ਸਾਹਿਬ ਮੈਡਮ ਫੋਗਾਟ ਵਿਨੀਸ਼ ਫੋਗਾਟ ਜਿਨਕਾ ਮਤਲਬ ਉਹ 100 ਗ੍ਰਾਮ ਕੇ ਹਿੱਸੇ ਵਿੱਚ ਚਲਾ ਗਿਆ ਉਹ ਗੋਲਡ ਮੈਡਲ ਪੱਕਾ ਥਾ ਸਭ ਤੋਂ ਪਹਿਲਾ ਗੋਲਡ ਮੈਡਲ ਜਿੱਤਣੇ ਵਾਲੇ ਮਨੋ ਜੀ ਉਹ ਵੀ ਫਰੀਦਾਬਾਦ ਸੇ ਤਾਲੁਕਾ ਤੋਂ ਸਭ ਤੋਂ ਜ਼ਿਆਦਾ ਮੈਡਲ ਮੈਂ ਬੜੇ ਗਰਵ ਸੇ ਬਤਾਨਾ ਪੜੇਗਾ ਜਹਾਂ ਕੀ ਤਾਰੀਫ ਹੈ ਤੋ ਤਾਰੀਫ ਕਰਨੀ ਚਾਹੀਏ ਅਗਰ ਨਹੀਂ ਕਰਦੇ ਤੋ ਲਾਨਤ ਹੈ ਜੋ ਅੱਛਾ ਤੋ ਉਸਕੋ ਅੱਛਾ ਨਹੀਂ ਕਹਤੇ ਤੋ ਉਸਕੀ ਬਖਸ਼ੀ ਹੋਈ ਇਨਾਇਤ ਖਫਾ ਹੈ ਔਰ ਕੁਦਰਤ ਖਫਾ ਹੋ ਜਾਏ ਇਹ ਬੰਦਾ ਸੱਚ ਦੇ ਕੰਮ ਸੱਚ ਨੂੰ ਖੇਲੀ ਓਲੰਪਿਕ ਵਰਲਡ ਕੱਪ ਮੈਂ ਮੈਡਲ ਜਿੱਤੇ ਸੈ ਖੇਡੀ ਓਲੰਪਿਕ ਵਰਲਡ ਕੱਪ ਮੈਂ ਮੈਡਲ ਜਿੱਤੇ ਸੈ ਔਰ ਬੱਬਰ ਸ਼ੇਰਾਂ ਕੇ ਆਗੇ ਕੇ ਹੋ ਮੈਂ ਜਿੱਤੇ ਸੈ ਔਰ ਬੜੇ ਬੜਿਆਂ ਕੀ ਖੜਿਆਂ ਕਰਦੀ ਔਰ ਬੜਿਆਂ ਬੜਿਆਂ ਕੀ ਖੜਿਆਂ ਕਰਦੀ ਖਾਟ ਦਿਖਾਉਂ ਰੇ ਔਰ ਆ ਜਤਨ ਹਰਿਆਣੇ ਕਾ ਜਾਟ ਦਿਖਾ ਤਾਲੀ ਆਪਣੇ ਨਾਲ ਖੁੱਲ ਕੇ ਮਾਰੇ ਔਰ ਮੈਂ ਹਰਿਆਣੇ ਕਾ ਜਾਟ ਪਿਆਰ ਤਾਂ ਵੀ ਭਰ ਲੂੰਗਾ ਔਰ ਮੈਂ ਹਰਿਆਣੇ ਕਾ ਜਾਟ ਪਿਆਰ ਤਾਂ ਵੀ ਭਰ ਲੂੰਗਾ ਔਰ ਤੀਨ ਪਾਂਚ ਮਤ ਕਰੀਏ ਗੋਡਾ ਨੀਚੇ ਧਰ ਲੂੰਗਾ ਤੇਰੇ ਇੱਕ ਪਿਆਰ ਕੇ ਵੋ
ਬੋਲ ਕੇ ਖਾਤਰ ਓ ਤੇਰੇ ਇੱਕ ਪਿਆਰ ਕੇ ਬੋਲ ਕੇ ਖਾਤਰ ਅਬ ਤੇਰਾ ਪਾਣੀ ਭਰਨੂਗਾ ਪਰ ਘਣੀ ਤੀਨ ਪਾਂਚ ਮਤ ਕਰੀ ਮੈਡਲ ਜੀਤ ਕੇ ਲਾਏ ਔਰ ਜੋ ਓਲੰਪੀਅਨ ਬਣ ਕੇ ਆਏ ਇੱਕ ਹੀ ਬਾਤ ਮੈਡਲ ਜਿੱਤਣਾ ਦੂਸਰੀ ਬਾਤ ਹੈ ਮਗਰ ਉਸ ਨੇ ਪਾਰਟੀਸਪੇਟ ਕਰਨਾ ਹੀ ਬੜੀ ਬਾਤ ਹੈ ਸੋ ਜਿਨ੍ਹਾਂ ਨੇ ਵੀ ਜੀਤਾ ਹੈ ਹਿੰਦੁਸਤਾਨ ਕੀ ਕਿਸੇ ਵੀ ਜਗ੍ਹਾ ਸੇ ਕਿਤੇ ਨਹੀਂ ਵੀ ਛੋਟੀ ਜਗ੍ਹਾ ਸੇ ਉੱਠ ਕੇ ਉਸਨੇ ਕੋਈ ਮੈਡਲ ਹਮਾਰੇ ਹਿੱਸੇ ਪਾਇਆ ਚਾਹੇ ਉਹ ਪੰਜਾਬ ਹੈ ਚਾਹੇ ਹਰਿਆਣਾ ਹੈ ਯੂਪੀ ਹੈ ਬਿਹਾਰ ਹੈ ਜਹਾਂ ਜਹਾਂ ਜਿਸਨੇ ਵੀ ਜੀਤਾ ਉਸਕੋ ਸਭ ਕੇ ਨਾਮ ਕੀ ਤਾਲੀ ਮਾਰ ਕੇ ਦਰਾ ਬਾਕੀ ਜ਼ਿੰਦਾਬਾਦ ਸ਼੍ਰੀ ਦੇਸ਼ ਜਿਸਨੇ ਸਭ ਸੇ ਜ਼ਿਆਦਾ ਗੋਲ ਰੋਕੇ ਔਰ ਸਰਪੰਚ ਸਾਹਿਬ ਜਿਸਨੇ ਜ਼ਿਆਦਾ ਖੋਲ ਠੋਕੇ ਮੈਂ ਸਿੱਧਾ ਸਾ ਮਾਨਸ ਸਿੱਧਾ ਸਾ ਮਾਨ ਹੁਣ ਤਾਂ ਟੇਢਾ ਹੋ ਜਾ ਦੁਸ਼ਮਣ ਕੇ ਲਈ ਦੁਸ਼ਮਣ ਸੇ ਔਰ ਬਾਤ ਬਤਾ ਦਿਉ ਤੰਨੇ ਸੋ ਬਾਤਾਂ ਕੀ ਇੱਕ ਬਾਤ ਸਾਰੇ ਬਾਤ ਬਤਾਏ ਦੁਸ਼ਮਣ ਕੇ ਲਈ ਦੁਸ਼ਮਣ ਸੋ ਸੋ ਬਾਤਾਂ ਕੀ ਇੱਕ ਬਾਤ ਸਾਰਾ ਬਾਤ ਬਤਾ ਦਿਉ ਤੰਨੇ ਔਰ ਦੁਸ਼ਮਣ ਕੇ ਲਈ ਦੁਸ਼ਮਣ ਸੋ ਯੇ ਬਾਤ ਬਤਾ ਦਿਉ ਤੇਰਾ ਜ਼ਹਿਰ ਵੀ ਜਰ ਲਊਂਗਾ ਤੀਨ ਪਾਂਚ ਮਤ ਕਰੀ ਨੀਚੇ ਥਰ ਸਭਾਈ
हरा कुश्ती और कबड्डी में मन हार कभी अरे धोबी पटड़ा मार के तन्ने अरे धोबी पटड़ा मार के तन्ने नीचे धर लूंगा अरे तीन पांच मत करियो ਦੂਰ ਨਾ ਹੋਵੇ ਬਿਨਾਂ ਦਾ ਸ਼ੀਸ਼ਾ ਦੂਰ ਨਾ ਹੋਵੇ ਕਿਸੇ ਤੋਂ ਕੋਈ
ਹੋ ਬਾਬੋ, ਰੱਬ ਤੁਹਾਨੂੰ ਰਾਜ਼ੀ ਰੱਖੇ, ਰੂਹ ਤੁਹਾਡੀ ਤਾਜ਼ੀ ਰੱਖੇ, ਔਰ ਤੁਹਾਡੇ ਹੱਥ ਬਾਜ਼ੀ ਰੱਖੇ। ਥੈਂਕ ਯੂ ਸੋ ਮਚ ਬਾਬੋ, ਜਿਓ ਬਾਬੋ, ਫਿਰ ਮਿਲਾਂਗੇ, ਰੱਬ ਰੱਖ। ਥੈਂਕ ਯੂ ਭਾਜੀ, ਜਿਓ ਜਿਓ ਜਿਓ। ਲਾਲ ਪੱਗ ਵਾਲੇ ਭਾਜੀ, ਕਿਆ ਬਾਤ, ਬਹੁਤ ਗੌਰ ਨਾਲ ਪਿਆਰ ਨਾਲ ਸੁਣਿਆ, ਧੰਨਵਾਦ। ਥੈਂਕ ਯੂ, ਜਿਓ।